ਆਜ਼ਾਦੀ ਤੋਂ ਬਾਅਦ ਐਸਸੀ ਐਸਟੀ ਐਕਟ ਹੋਂਦ ਵਿੱਚ ਹੈ, ਜਿਸ ਵਿੱਚ ਦਲਿਤ ਭਾਈਚਾਰੇ ਦੇ ਸਵੈਮਾਨ ਦੀ ਰੱਖਿਆ ਯਕੀਨੀ ਬਣਾਈ ਗਈ ਸੀ। ਇਸ ਦੌਰਾਨ ਨਾ ਤਾਂ ਕੋਈ ਬਹੁਤ ਵੱਡੀਆਂ ਘਟਨਾਵਾਂ ਹੋਈਆਂ, ਨਾ ਇੰਨੀਆਂ ਸਜ਼ਾਵਾਂ ਹੋਈਆਂ, ਪਰ ਬਦਲਾਖੋਰੀ ਦੀ ਭਾਵਨਾ ਨਾਲ ਕੁਝ ਕੁ ਘਟਨਾਵਾਂ ਜੇ ਹੋਈਆਂ ਵੀ ਤਾਂ ਉਹਨਾਂ ਨੂੰ ਆਧਾਰ ਬਣਾ ਕੇ ਇਸ ਬਿੱਲ ਦੀ ਤਾਕਤ ਘਟਾਉਣਾ ਜਾਂ ਡਿਲੀਟ ਕਰਨਾ ਮੈਂ ਸਮਝਦਾ ਇੱਕ ਸੋਚੀ ਸਮਝੀ ਸਾਜ਼ਿਸ਼ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਡਾਕਟਰ ਧਰਮਵੀਰ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਆਓ ਸੁਣਦੇ ਹਾਂ ਕੀ ਕਿਹਾ ਡਾਕਟਰ ਗਾਂਧੀ ਨੇ। ਦੇਖੋ, ਐਸਸੀ ਐਸਟੀ ਐਕਟ ਬਹੁਤ ਚਿਰ ਤੋਂ ਹੋਂਦ ਵਿੱਚ ਹੈਗਾ, ਆਜ਼ਾਦੀ ਤੋਂ ਬਾਅਦ ਮਤਲਬ ਸੰਵਿਧਾਨ ਦੇ ਪ੍ਰਾਵਧਾਨ ਹੈ ਕਿ ਜਿੱਥੇ ਵੀ ਦਲਿਤਾਂ ਨੂੰ ਜਾਤੀ ਸੂਚਕ ਸ਼ਬਦਾਂ ਨਾਲ ਉਹਨਾਂ ਨੂੰ ਸੰਬੋਧਿਤ ਹੋਇਆ ਜਾਂਦਾ ਜਾਂ ਉਹਨਾਂ ਦੇ ਸਵੈਮਾਣ ਨੂੰ ਇੱਦਾਂ ਦੇ ਕਮੈਂਟਸ ਨਾਲ ਸੱਟ ਮਾਰੀ ਜਾਂਦੀ ਹੈ ਤਾਂ ਉਹਨਾਂ ਬੰਦਿਆਂ ਦੀ ਮਤਲਬ ਗ੍ਰਿਫਤਾਰੀ ਵੀ ਹੁੰਦੀ ਹੈ, ਉਹਨਾਂ ਨੂੰ ਸਜ਼ਾਵਾਂ ਵੀ ਮਿਲਦੀਆਂ ਨੇ। ਅਤੇ ਇਹ ਕੋਈ ਐਡਾ ਬੜਾ ਸਜ਼ਾਵਾਂ ਨਹੀਂ ਹੋਈਆਂ, ਨਾ ਇੰਨੀਆਂ ਜ਼ਿਆਦਾ ਘਟਨਾਵਾਂ ਹੋਈਆਂ ਕਿ ਇਹਦਾ ਕੋਈ ਇੰਨਾ ਦੁਰਉਪਯੋਗ ਹੋਇਆ ਹੋਵੇ। ਮੈਂ ਸਮਝਦਾ ਕਿ ਹਰ ਐਕਟ ਦਾ ਦੁਰਉਪਯੋਗ ਹੁੰਦਾ ਹੈਗਾ, ਜਿਹੜੀ ਆਹ ਡੌਰੀ ਐਕਟ ਹੈ ਇਹਦਾ ਵੀ ਹੁੰਦਾ ਹੈਗਾ, ਇਸ ਤਰ੍ਹਾਂ ਹੀ ਮਤਲਬ ਐਸੀ ਐਚ ਕਿ ਕੋਈ ਕਿਤੇ ਹੁੰਦਾ ਹੋਊਗਾ। ਪਰ ਜੇ ਦਲਿਤਾਂ ਨਾਲ ਜੋ ਪਿਛਲੇ ਹਜ਼ਾਰਾਂ ਸਾਲਾਂ ਤੋਂ ਜੋ ਮਨੁਵਾਦੀ ਜੋ ਸੰਸਕ੍ਰਿਤੀ ਹੈ, ਜੋ ਮਨੁਵਾਦੀ ਇੱਕ ਵਿਵਸਥਾ ਹੈਗੀ ਹੈ, ਉਸਦੇ ਰਾਹੀਂ ਇਹਨਾਂ ਦੀ ਵਿੱਦਿਆ, ਇਹਨਾਂ ਦੀ ਮਤਲਬ ਸਮਾਜਿਕ ਜੀਵਨ, ਇਹਨਾਂ ਨਾਲ ਵਿਤਕਰਾ, ਇਹਨਾਂ ਨਾਲ ਛੂਤਛਾਤ, ਦਲਿਤਾਂ ਨਾਲ ਜੋ ਹੋਰ ਉਹਨਾਂ ਦੇ ਔਰਤਾਂ ਨਾਲ ਜੋ ਬਲਾਤਕਾਰ ਤੱਕ ਦੇ ਜਿਹੜੇ ਹੁੰਦੇ ਆ, ਪਿੰਡਾਂ ਦੇ ਪਿੰਡ ਝੁੱਗੀਆਂ ਦੇ ਝੁੱਗੀਆਂ ਜਿਹੜੀਆਂ ਇਹਨਾਂ ਦੀਆਂ ਜਲਾਤੀਆਂ ਜਾਂਦੀਆਂ ਹੈਗੀਆਂ, ਅਤੇ ਉਸ ਤੋਂ ਇਲਾਵਾ ਖੂਹਾਂ ਤੋਂ ਪਾਣੀ ਨਹੀਂ ਸੀ ਭਰਨ, ਤਲਾਬਾਂ 'ਚੋਂ ਪਾਣੀ ਨਹੀਂ ਸੀ ਭਰਨ ਦਿੱਤਾ ਜਾਂਦਾ, ਮੰਦਰਾਂ 'ਚ ਪ੍ਰਵੇਸ਼ ਨਹੀਂ ਕੀਤਾ, ਪੂਰੇ ਸੂਰੇ ਮਨੁੱਖ ਦਾ ਜੋ ਸਵੈਮਾਣ ਸੀਗਾ, ਜੋ ਮਾਣ ਹੁੰਦਾ ਉਹ ਦਲਿਤਾਂ ਨਹੀਂ ਮਿਲਦਾ ਸੀਗਾ। ਉਹਦੇ ਮੁਕਾਬਲੇ ਵਿੱਚ ਜੇ ਕੋਈ ਇੱਕ ਸੌ ਇੱਕਾ ਦੁੱਕਾ 100-50,000 ਘਟਨਾਵਾਂ ਸਾਰੇ ਮੁਲਕ ਦੀ ਆਬਾਦੀ ਵਿੱਚ ਇਹ ਕੋਈ ਗਲਤ ਕੋਈ ਰਿਪੋਰਟਿੰਗ ਕਰਕੇ ਜਾਂ ਕੋਈ ਆਪਸੀ ਦੁਸ਼ ਜਾਂ ਬਦਲਾਖੋਰੀ ਦੀ ਭਾਵਨਾ ਨਾਲ ਹੁੰਦੀਆਂ ਵੀ ਹੈਗੀਆਂ ਤਾਂ ਉਹਨਾਂ ਨੂੰ ਆਧਾਰ ਬਣਾ ਕੇ ਜਿਹੜੀ ਇਹ ਪ੍ਰਾਵਧਾਨ ਖਤਮ ਕੀਤਾ ਹੈਗਾ ਜਾਂ ਉਹਨੂੰ ਡਿਲੀਟ ਕੀਤਾ, ਉਹਦੀ ਤਾਕਤ ਘਟਾਈ ਹੈ ਬਿੱਲ ਦੀ, ਇਹ ਮੈਂ ਸਮਝਦਾ ਇੱਕ ਸੋਚੀ ਸਮਝੀ ਸਾਜ਼ਿਸ਼ ਹੈਗੀ ਹੈ, ਜਿਹੜੀ ਕਿ ਮੌਜੂਦਾ ਸਰਕਾਰ ਨੇ ਆਪ ਨਹੀਂ ਕੀਤੀ, ਹਾਈ ਕੋਰਟ ਸੁਪਰੀਮ ਕੋਰਟ ਨੇ ਜਾਂ ਜਿਵੇਂ ਮਰਜ਼ੀ ਕਹਿ ਲਓ ਕਿ ਉਹਨੇ ਕੀਤੀ ਹੈਗੀ ਹੈ। ਪਰ ਇਹਦੇ ਪਿੱਛੇ ਇਹਦੀ ਜੋ ਮਨਸ਼ਾ ਹੈਗੀ ਹੈ ਉਹ ਦਲਿਤ ਭਾਈਚਾਰੇ ਜੋ ਮਾੜੀ ਮੋਟੀ ਰਾਹਤ ਸੀਗੀ, ਲੋਕ ਡਰਦੇ ਜਿਵੇਂ ਉਹਨਾਂ ਨੂੰ ਜਾਤੀ ਸੂਚਕ ਸ਼ਬਦਾਂ ਨਾਲ ਅਪਮਾਨ ਸ਼ਬਦਾਂ ਨਾਲ ਨਹੀਂ ਸੀ ਬੁਲਾਉਂਦੇ, ਅਤੇ ਇਹਨਾਂ ਘਟਨਾਵਾਂ 'ਚ ਵਾਧਾ ਹੋਊਗਾ ਔਰ ਲੋਕ ਹੁਣ ਅੱਗੇ ਨਾਲ ਜ਼ਿਆਦਾ ਜਿਹੜਾ ਡਰ ਸੀ ਉਹ ਚੱਕਿਆ ਜਾਊਗਾ, ਲੋਕ ਅੱਗੇ ਨਾਲ ਜ਼ਿਆਦਾ ਵੀ ਹੁਣ ਸ਼ਬਦਾਂ ਨਾਲ ਜਾਂ ਤਰਕਾਂ ਨਾਲ ਜਾਂ ਮਤਲਬ ਮਤਲਬ ਇੱਕ ਜਿਹਨੂੰ ਕਹਿੰਦੇ ਆ ਕਿ ਕਟਾਕਸ਼ ਕਰਕੇ ਇਸ ਜਿਹੜਾ ਦਲਿਤ ਵਰਗ ਹੈ ਇਹਨੂੰ ਸੰਬੋਧਿਤ ਹੋਣਗੇ ਔਰ ਇਹ ਮਸਲਾ ਹੱਲ ਹੋਣ ਦੀ ਬਜਾਏ ਹੋਰ ਵਧੂਗਾ। ਹਾਂਜੀ, ਇਹ ਮੈਂ ਤਾਂ ਆਪ ਕਹਿੰਦਾ ਜੀ ਕਿ ਦੁਰਉਪਯੋਗ ਕਿਸੇ ਵੀ ਐਕਟ ਦਾ ਮਾੜਾ ਹੈਗਾ ਹੈ, ਡੌਰੀ ਐਕਟ ਦਾ ਡੌਰੀ ਐਕਟ ਦੇ ਲਓ ਤੁਸੀਂ ਨਹੀਂ, ਆਪਸ਼ਨ ਤਾਂ ਉਹ ਤਾਂ ਵਰਕਆਊਟ ਹੋਣੀ ਚਾਹੀਦੀ, ਸੰਵਿਧਾਨਕ ਜੋ ਪ੍ਰਾਵਧਾਨ ਸੀਗਾ ਉਹਨੂੰ ਇਹਨੂੰ ਡਿਲੀਟ ਕੀਤੋ ਬਗੈਰ ਤਾਂ ਕਿ ਜਿਹੜੇ ਲੋਕਾਂ ਦੇ ਮਨਾਂ 'ਚ ਡਰ ਸੀਗਾ ਕਿ ਜੇ ਮੈਂ ਇਸ ਬੰਦੇ ਨੂੰ ਮਤਲਬ ਕੋਈ ਜਾਤੀ ਸੂਚਕ ਘਟੀਆ ਸ਼ਬਦ ਵਰਤਿਆ ਤਾਂ ਮੈਨੂੰ ਜੇਲ੍ਹ ਜਾਣਾ ਪਊਗਾ ਔਰ ਮੇਰੀ ਜ਼ਮਾਨਤ ਨਹੀਂ ਹੋਣੀ ਹੈਗੀ ਹੈ, ਇਸ ਡਰ 'ਚੋਂ ਬਹੁਤ ਸਾਰੇ ਲੋਕ ਅੰਦਰੋਂ ਅੰਦਰੀ ਜਾਤੀ ਪ੍ਰਥਾ 'ਚ ਗ੍ਰਸੇ ਹੋਣ ਦੇ ਬਾਵਜੂਦ, ਜਾਤੀਵਾਦੀ ਮਾਨਸਿਕਤਾ ਦੇ ਗ੍ਰਸੇ ਹੋਣ ਦੇ ਬਾਵਜੂਦ ਫਿਰ ਵੀ ਉਹ ਜ਼ਰੂਰਤ ਨਹੀਂ ਸੀ ਕਰਦੇ ਕਿ ਦਲਿਤ ਭਰਾਵਾਂ ਨੂੰ ਜਾਤੀ ਸੂਚਕ ਸ਼ਬਦਾਂ ਨਾਲ ਸੰਬੋਧਿਤ ਹੋਇਆ ਜਾਵੇ। ਬਿਊਰੋ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।